ਅੰਮ੍ਰਿਤਸਰ ਵਿੱਚ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨ ਲਈ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿੱਚ ਕਿਸਾਨ ਪੁੱਜੇ। ਸੂਬਾ ਪੱਧਰੀ ਸਮਾਗਮ ਵਾਲੇ ਸਥਾਨ ਦੇ ਨੇੜੇ ਪੁੱਜ ਕੇ ਕਿਸਾਨਾਂ ਨੇ ਰੋਸ ਜ਼ਾਹਿਰ ਕੀਤਾ। ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ, ਜਿਸ ਕਾਰਨ ਕਿਸਾਨਾਂ ਨੇ ਉੱਥੇ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਸਾਨਾਂ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਅੱਗੇ ਵਧਣ ਦੀ ਮੰਗ ਉੱਤੇ ਅੜੇ ਰਹੇ। ਇਸ ਕਾਰਨ ਹਾਲਾਤ ਹੋਰ ਵੀ ਤਣਾਅਪੂਰਨ ਹੋ ਗਏ। ਪੁਲਿਸ ਵੱਲੋਂ ਕਿਸਾਨਾਂ ਨੂੰ ਜਬਰੀ ਧਰਨਾ ਲਗਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਜਾਵੇਗਾ। ਇਸ ਦੇ ਉਲਟ ਨਸ਼ੇ ਦਾ ਦਰਿਆ ਜੋਧਾ ਤਿਉਂ ਵਗ ਰਿਹਾ ਹੈ ਅਤੇ ਪੰਜਾਬ ਦੇ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਜੀ ਪ੍ਰਧਾਨ ਜੀ, ਅੱਜ ਤੁਹਾਡੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਅੱਜ ਮੁਹੱਲਾ ਕਲੀਨਿਕ ਦਾ ਉਦਘਾਟਨ ਕਰ ਰਹੇ ਹਨ। ਪ੍ਰਸ਼ਾਸਨ ਨੇ ਤਾਂ ਵਿਸ਼ਵਾਸ ਕਰਾਇਆ ਯਾਰ, ਤੁਹਾਡੇ ਪ੍ਰਧਾਨ ਤੇ ਪ੍ਰਧਾਨ ਨੇ ਜਿੰਨੀ ਦੇਰ ਨਹੀਂ ਬੁਲਾਉਂਦੇ। ਮੈਂ ਪ੍ਰੈਸ ਨੂੰ ਦੱਸਣਾ ਚਾਹੁੰਦਾ, ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਆ ਬਲਦੇਵ ਸਿੰਘ ਕਲੇਰ, ਅੱਜ ਅਸੀਂ ਧਰਨਾ ਪਹਿਲੇ ਦਿਨ ਨਹੀਂ ਕਰ ਰਹੇ। ਧਰਨਾ ਸਾਡੇ ਲੱਗੇ ਨੂੰ ਅੱਜ 20 ਦਿਨ ਹੋ ਗਏ ਨੇ। 20 ਦਿਨਾਂ ਤੋਂ ਸਾਡਾ ਧਰਨਾ DSP ਤੇ ਚੱਲ ਰਿਹਾ ਸੀ, ਜੋ ਨਸ਼ੇ ਦੇ ਖਿਲਾਫ ਸੀ। ਇਹਨਾਂ ਨੇ ਵਿਸ਼ਵਾਸ ਵੀ ਵਿਸ਼ਵਾਸ ਦਵਾਉਣ ਦੇ ਖਾਤਰ ਫਿਰ ਵੀ ਇਹਨਾਂ ਨੇ ਸਾਬਾ ਸੂਬਾ ਪ੍ਰਧਾਨ ਸਰਦਾਰ ਬਚਿੱਤਰ ਸਿੰਘ ਕੋਟਕਾ ਨੂੰ ਡੀ ਐਸ ਪੀ ਅਟਾਰੀ ਅਤੇ ਹਰਪਾਲ ਸਿੰਘ ਸੋਈ ਨੇ ਜ਼ਬਰਦਸਤੀ ਅਰੈਸਟ ਕਰ ਲਿਆ ਹੈ। ਅਸੀਂ ਉਹਨਾਂ ਨੂੰ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ, ਸਾਡੇ ਪ੍ਰਧਾਨ ਸਾਹਿਬ ਨੂੰ ਇੱਥੇ ਲਿਆਉਂਦਾ ਜਾਵੇ ਅਤੇ ਸਾਨੂੰ CM ਦੇ ਨਾਲ ਮੀਟਿੰਗ ਦਵਾਈ ਜਾਵੇ। ਕਿਸ ਮੁੱਦੇ ਨੂੰ ਮੀਟਿੰਗ ਦਵਾਈ ਜਾਵੇ, ਕੀ ਕਾਰਨ ਕੀ ਨੇ? ਨਸ਼ੇ ਦੇ ਮੁੱਦੇ ਦੇ ਕਾਰਨ। ਹਾਂ, ਨਸ਼ੇ ਦਾ ਮੁੱਦਾ ਸਭ ਤੋਂ ਵੱਡਾ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ। ਅੱਜ ਤੁਸੀਂ CM ਆ ਰਹੇ ਹੋ ਅਤੇ ਗਾਂ ਜਾ ਨਹੀਂ ਦਿੱਤਾ ਜਾ ਰਿਹਾ, ਕੀ ਗੱਲਬਾਤ ਚੱਲ ਰਹੀ ਹੈ ਜੀ? ਅਸੀਂ ਕਹਿੰਦੇ ਹਾਂ ਕਿ ਜਦੋਂ CM ਸਾਹਿਬ ਨੇ ਜਾਂ ਇਹਨਾਂ ਦੇ ਵਿਧਾਇਕ ਨੇ ਸਾਡੇ ਘਰਾਂ ਦੇ ਵਿੱਚ ਵੋਟਾਂ ਮੰਗਣ ਆਉਂਦੇ ਨੇ, ਉਦੋਂ ਅਸੀਂ ਚੰਗੇ ਹਾਂ ਕਿ ਅੱਜ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ, ਆਪਣੇ ਦੁੱਖ ਦੱਸਣਾ ਚਾਹੁੰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਸਾਨੂੰ ਐਡੀਆਂ ਐਡੀਆਂ ਵੱਡੀਆਂ ਲਾਠੀਆਂ ਲੈ ਕੇ ਰਸਤੇ ਦੇ ਵਿੱਚ ਰੋਕ ਰਿਹਾ। ਕੀ ਗੱਲ ਹੈ, ਅਸੀਂ ਕੋਈ ਅੱਤਵਾਦੀ ਥੋੜ੍ਹੀ ਹਾਂ, ਇਸੇ ਦੇਸ਼ ਦੇ ਰਹਿਣ ਵਾਲੇ ਹਾਂ। ਇਸ ਕਰਕੇ ਸਾਨੂੰ CM ਸਾਹਿਬ ਦੇ ਨਾਲ ਮਿਲਾਇਆ ਜਾਵੇ। ਅੱਧਰ ਕਰ ਲਓ, ਕੋਈ ਨਹੀਂ, ਉਹ ਕਰੀਏ। ਮੁੱਖ ਮੰਤਰੀ ਸਾਹਿਬ ਆ ਰਹੇ, ਕੀ ਕਾਰਨ ਕੀ ਆ? ਕਾਰਨ ਜੀ, ਤੁਹਾਨੂੰ ਪਤਾ ਹੀ ਆ, ਤੁਸੀਂ ਸਾਡੀ ਰੋਜ਼ ਖਬਰਾਂ ਬਾਈਟ ਲੈਣ ਦਾ ਜੀ, ਖਬਰਾਂ ਲਾਉਣ ਦਾ, ਸਾਡਾ 20ਵੇਂ ਦਿਨ ਵਿੱਚ ਧਰਨਾ ਦਾਖਲ ਹੋ ਚੁੱਕਾ ਅੱਜ। ਨਸ਼ੇ ਦੇ ਮੁੱਦੇ ਤੇ ਧਰਨਾ ਹੈ, ਸਾਡੀ ਕੋਈ ਇੱਕ ਮੰਗ ਨਹੀਂ ਹੈ, ਸਾਰੇ ਪੰਜਾਬ ਦੀ ਮੰਗ ਆ। ਇੱਕ ਗੱਲ, ਇੱਕ ਘਰ ਦੀ ਮੰਗ ਨਹੀਂ ਹੈ, ਸਾਰੇ ਪੰਜਾਬ ਦੀ ਮੰਗ ਹੈ। 14-14 15-15 ਸਾਲਾਂ ਦੇ ਬੱਚੇ ਮਰ ਰਹੇ, ਨੌਜਵਾਨ ਮਰ ਰਹੇ ਨੇ, ਟੀਕੇ ਲਾ ਲਾ ਮਰ ਰਹੇ, ਪਰ ਇਹ ਜਿਹੜੀ ਸਰਕਾਰ ਹੈ ਨਸ਼ੇ ਦੇ ਮੁੱਦੇ ਤੇ ਆਈ ਵੀ ਅਸੀਂ ਨਸ਼ਾ ਖਤਮ ਕਰ ਦਿਆਂਗੇ, ਪਰ ਨਸ਼ਾ ਮੁਕਤ ਕਿਤੇ ਨਸ਼ਾ ਆਮ ਹੋ ਗਿਆ, ਮੋਬਲੀ ਰੋਟੀਆਂ ਵਾਂਗੂ ਰੇਹੜੀਆਂ ਤੇ ਮਿਲਣ ਡਿਆ, ਨਸ਼ਾ ਜਿਸ ਮਰਜ਼ੀ ਲੈ ਸਕਦੇ ਆ। ਮੁੱਖ ਮੰਤਰੀ ਸਾਹਿਬ ਦਾ ਕਿਉਂ ਘਰੋਂ ਕਰ ਰਹੇ ਹੋ ਗੱਲ ਤਾਂ ਨਸ਼ੇ? ਮੁੱਖ ਮੰਤਰੀ ਸਾਹਿਬ ਨਸ਼ੇ ਦੇ, ਮੇਰੀ ਗੱਲ ਸੁਣੋ, ਮੁੱਖ ਮੰਤਰੀ ਸਾਹਿਬ ਸਰਕਾਰਾਂ ਚਾਹੁੰ ਤੇ ਕੀ ਨਹੀਂ ਹੋ ਸਕਦਾ? ਜੋ ਸਰਕਾਰਾਂ ਚਾਹੁੰ ਇੱਕ ਮਿੰਟ ਵਿੱਚ ਨਸ਼ਾ ਬੰਦ ਹੋ ਸਕਦਾ, ਸਰਕਾਰਾਂ ਚਾਹੁੰਦੀਆਂ ਨਹੀਂ, ਕਿਉਂਕਿ ਸਾਡੇ ਨੌਜਵਾਨ ਨਾ ਗਾੜੀ ਆਉਣ, ਨਾ ਪੜ੍ਹ ਲਿਖ ਸਕਣ, ਨਾ ਸਾਡੇ ਕੋਲ ਨੌਕਰੀਆਂ ਮੰਗ ਸਕਣ, ਸਰਕਾਰਾਂ ਚਾਹੁੰਦੀਆਂ ਨਹੀਂ ਹੈ। ਜੇ ਸਰਕਾਰਾਂ ਚਾਹੁੰ ਤਾਂ ਨਸ਼ਾ ਮੁਕਤ ਹੋ ਸਕਦਾ। ਤੁਹਾਡੇ ਬੰਦੇ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜੀ? ਅੱਜ ਸਾਡੇ ਜ਼ਿਲ੍ਹਾ ਆਪਣੇ ਸੂਬਾ ਆਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ, ਤੇ ਜਲਦੀ ਤੋਂ ਜਲਦੀ ਉਹਨੂੰ ਰਿਹਾ ਕੀਤਾ ਜਾਵੇ, ਜੇ ਨਾ ਰਿਹਾ ਕੀਤਾ ਗਿਆ ਤਾਂ ਅਸੀਂ ਇੱਥੇ ਮੁੱਖ ਮੰਤਰੀ ਸਾਹਿਬ ਦਾ ਪੂਰਾ ਵਿਰੋਧ ਕਰਾਂਗੇ। ਕੀ ਦਬਾਅ ਪਾਇਆ ਜਾ ਰਿਹਾ ਤੁਹਾਡੇ ਤੇ? ਪ੍ਰਸ਼ਾਸਨ ਵੱਲੋਂ ਦਬਾਅ ਪਾਇਆ ਜਾ ਰਿਹਾ ਵੀ ਤੁਸੀਂ ਤੇ ਜਮਾ ਤੁਹਾਡੀ ਮੀਟਿੰਗ ਰੱਖ ਦਿੰਦੇ ਆ, ਪਰ ਹਾਲੇ ਕੋਈ ਜਮਾ ਆਇਆ ਨਹੀਂ ਹੈ ਚੰਗੀ ਤਰ੍ਹਾਂ। ਜਿਹੜੇ 20 ਦਿਨ ਤੋਂ ਪਹਿਲਾਂ ਧਰਨੇ ਬੜੇ, ਉਦੋਂ ਕਿਉਂ ਨਹੀਂ ਸਰਕਾਰ ਜਾਗੀ? ਕੋਈ ਨਹੀਂ ਜਾਗੀ ਜੀ, ਸਾਡੀ ਕਹਿੰਦੇ ਕਿਸੇ ਸਿਆਸੀ ਆਗੂ ਨੇ ਸਾਰ ਨਹੀਂ, 20 ਦਿਨ ਹੋ ਚੁੱਕੇ ਆ। ਸਾਡੇ ਪ੍ਰਸ਼ਾਸਨ ਕਹਿੰਦਾ, ਸ਼ਹਿਰੀ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਸਾਨੂੰ IG ਨੂੰ ਮਿਲੋ। IG ਨੂੰ ਇਹ ਨਹੀਂ ਪਤਾ ਵੀ ਦੂਜਾ ਮਰਾ ਵੀ ਆਪਣਾ ਉਹਦੇ ਧਰਨਾ ਲੱਗਾ ਕਿਉਂ ਲੱਗ ਰਿਹਾ, ਨਸ਼ੇ ਦੇ ਸਾਡੀ ਰੋਜ਼ ਖਬਰ ਲੱਗ ਰਹੀ ਹੈ। ਅਗਲੀ ਰਣਨੀਤੀ ਦੇ ਵਿੱਚ ਅਗਲੀ ਰਣਨੀਤੀ ਦੂਜਾ ਮਰਾ ਜੀ, ਅਸੀਂ ਆਪਣੀ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਇੱਕ ਸੰਘਰਸ਼ ਵਿੱਢਾਂਗੇ।